ਉੱਗੇ ਕਹਾਣੀਕਾਰ ਸਰਦਾਰ ਨਵਦੇਜ ਸਿੰਘ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਦੇਸ਼ ਵਾਪਸੀ ਸਟੇਸ਼ਨ ਤੇ ਤੀਜੇ ਦਰਜੇ ਦੇ ਮਸਾਫਰਾਂ ਵਾਲੀ ਥਾਂ ਨੱਕੋਨੱਕ ਭਰੀ ਹੋਈ ਸੀ ਉੱਤੇ ਪਹਿਲੇ ਦਰਜੇ ਦੀ ਖੋਲ ਵਿੱਚੋਂ ਦੋ ਅੰਗਰੇਜ਼ ਫੌਜੀ ਅਫਸਰ ਇਸ ਕੁਰਬਲ ਕੁਰਬਲ ਵਾਲੀ ਥਾਂ ਵੱਲ ਤੱਕਦਿਆਂ ਗੱਲਾਂ ਕਰ ਰਹੇ ਸਨ ਇਹ ਪਿਨਾਗ ਤੋਂ ਇੰਡੀਆਲੇ ਜਹਾਜ਼ ਫੜਨ ਜਾ ਰਹੇ ਨੇ ਮੈਨੂੰ ਹੈਰਾਨੀ ਹੁੰਦੀ ਆ ਉੱਥੇ ਇਹ ਅੱਜਕੱਲ ਕਹਨੂੰ ਜਾ ਰਹੇ ਨੇ ਉੱਥੇ ਆਪਸ ਵਿੱਚ ਇੱਕ ਦੂਜੇ ਦਾ ਗੜਾ ਹੀ ਕੱਟਣਗੇ ਤੇ ਹਾਸੇ ਵਿੱਚ ਅੱਗੋਂ ਗੱਲਾਂ ਗਵਾਚ ਗਈਆਂ ਸਨ ਥੱਲੇ ਤੀਜੇ ਦਰਜੇ ਦੇ ਮੁਸਾਫਰਾਂ ਵਿੱਚੋਂ ਸੰਤ ਸਿੰਘ ਨੇ ਪੱਛਮ ਵੱਲ ਇਸ਼ਾਰਾ ਕਰਦਿਆਂ ਕਿਹਾ ਏਸ ਬੰਨੇ ਆ ਆਪਣਾ ਦੇਸ਼ ਰਤਾ ਕੋ ਪਹਾੜ ਵੱਲ ਪినాਗ ਉੱਤਰ ਕੇ ਮੁਤਾਬਦੀਨ ਸੋਚਣ ਲੱਗਾ ਕਿ ਉਹ ਇੱਥੇ ਕਿੱਥੇ ਰਹੇਗਾ ਪਾਵੇਂ ਸਮਾਨ ਤਾਂ ਇੱਕ ਟਰੰਕੀ ਅਤੇ ਦਰੀ ਤੋਂ ਵੱਧ ਉਹਦੇ ਕੋਲ ਕੋਈ ਨਹੀਂ ਸੀ ਪਰ ਫੇਰ ਵੀ ਰਾਤ ਨੂੰ ਸਿਰ ਲੁਕਾਉਣ ਲਈ ਇਸ ਪਰਦੇਸੀ ਸ਼ਹਿਰ ਵਿੱਚ ਕੋਈ ਥਾਂ ਤਾਂ ਚਾਹੀਦੀ ਸੀ ਤੇ ਮਲਾਇਆ ਵਿੱਚ ਮੀ ਕਣੀ ਦਾ ਵੀ ਕਿਹੜਾ ਇਤਬਾਰ ਸੀ ਛਰਾਟੇ ਮਾਰ ਕੇ ਮੀ ਵਰਣ ਲੱਗ ਪੈਂਦਾ ਸੀ ਸੰਤ ਸਿੰਘ ਇੱਕ ਚੀਨੀ ਵਿਅਕਤੀ ਦੇ ਰਿਕਸ਼ੇ ਉੱਤੇ ਆਪਣਾ ਸਮਾਨ ਟਿਕਾ ਚੁੱਕਾ ਸੀ ਤੇ ਵੋਟੀ ਨੂੰ ਤੋਰਨ ਲਈ ਆ ਕੇ ਧੀ ਨੂੰ ਕੁਛੜ ਲੈ ਰਿਹਾ ਸੀ ਸੰਤ ਸਿੰਘ ਤੇ ਮੁਤਾਬਦੀਨ ਗੱਡੀ ਦੇ ਸਟੇਸ਼ਨ ਤੇ ਹੀ ਜਾਨੂ ਹੋਏ ਸਨ ਸੁਬਾਹਬ ਨਾਲ ਪਿੱਛੋਂ ਦੋਹਾਂ ਦਾ ਇੱਕੋ ਜਿਹਾ ਨਿਕਲ ਆਇਆ ਸੀ ਤੇ ਦੋਹਾਂ ਦੇ ਪਿੰਡ ਦੋ ਕੋਹਾਂ ਦੀ ਵਿੱਥ ਉੱਤੇ ਹੀ ਸਨ ਸੰਤ ਸਿੰਘ ਨੇ ਚੱਲਣ ਲੱਗਿਆਂ ਮੁਤਾਬਦੀਨ ਨੂੰ ਕਿਹਾ ਚੰਗਾ ਭਰਾਵਾ ਜੇ ਅੰਜਲ ਹੋਇਆ ਤਾਂ ਦੋਹਾਂ ਨੂੰ ਇੱਕੋ ਜਹਾਜ਼ ਦੀ ਟਿਕਟ ਮਿਲ ਜਾਊ ਤੇ ਇਕੱਠਿਆਂ ਹੀ ਸਮੁੰਦਰ ਦੀ ਮੰਜ਼ਿਲ ਕੱਟ ਕੇ ਪਿੰਡ ਪੁੱਜਾਂਗੇ ਤੇ ਤੂੰ ਇੱਥੇ ਪినాਗ ਕਿੱਥੇ ਰਹੇਂਗਾ ਮੈਂ ਤੇ ਇੱਥੇ ਬਿਲਕੁਲ ਪਰਦੇਸੀ ਆ ਕੋਈ ਪਾਈਵੰਦ ਵੀ ਨਹੀਂ ਤੇ ਨਾ ਹੀ ਮੈਨੂੰ ਕਿਸੇ ਸਰਾ ਦਾ ਪਤਾ ਏ ਪਰ ਐਡਾ ਚਿਰ ਕਿਤੇ ਰੁਕਣਾ ਪੈਣਾ ਪਰਸੋਂ ਚੌਥੇ ਤਾਂ ਜਹਾਜ਼ ਜਾਣਾ ਕਿਤੇ ਕਿਸੇ ਦੁਕਾਨ ਦੇ ਵਰਾਂਡੇ ਵਿੱਚ ਰਾਤ ਟਪਾ ਲੂੰਗਾ ਲੈ ਤੇ ਤੂੰ ਪਹਿਲਾਂ ਕਾਨੂੰਨਾਂ ਦੱਸਿਆ ਅਸੀਂ ਗੁਰਦੁਆਰੇ ਰਹਿਣਾ ਏ ਉੱਥੇ ਮਸਾਫਨਾ ਲਈ ਬੜਾ ਸੋਹਣਾ ਥਾਂ ਆ ਸਗੋਂ ਤੂੰ ਵੀ ਉੱਥੇ ਹੀ ਚੱਲਿਆ ਚੱਲ ਮੁਤਾਬਦੀਨ ਨੇ ਰਤਾ ਚੱਕਦਿਆਂ ਚੱਕਦਿਆਂ ਕਿਹਾ ਪਰਾ ਤੈਨੂੰ ਕੋਈ ਔਖ ਨਾ ਹੋ ਲੈ ਗੁਰੂ ਦਾ ਘਾਰਾ ਮੈਨੂੰ ਔਖਾ ਦਾ ਤੇ ਸੰਤ ਸਿੰਘ ਨੇ ਉਹਦਾ ਟਰੰਕ ਤੇ ਬਿਸਤਰਾ ਵੀ ਆਪਣੇ ਰਿਕਸ਼ੇ ਉੱਤੇ ਹੀ ਰਖਵਾ ਲਿਆ ਗੁਰਦੁਆਰੇ ਪੁੱਜ ਕੇ ਇੱਕੋ ਕੋਠੜੀ ਵਿੱਚ ਦੋਹਾਂ ਦਾ ਸਮਾਨ ਟਿਕ ਗਿਆ ਵਿਹੜੇ ਵਿੱਚ ਇੱਕ ਦੇਸੀ ਬੋਰ ਲੱਗਾ ਹੋਇਆ ਸੀ ਦੋਵੇਂ ਉਹਦੇ ਹੇਠਾਂ ਬਣੇ ਥੜੇ ਉੱਤੇ ਬੈਠ ਗਏ ਕਿੰਨੇ ਮੁਸਾਫਰ ਉੱਥੇ ਠਹਿਰੇ ਹੋਏ ਸਨ ਨੇੜੇ ਹੀ ਉਹਨਾਂ ਦੇ ਬੱਚੇ ਗੁੱਲੀ ਡੰਡਾ ਖੇល ਰਹੇ ਸਨ ਇੱਕ ਪਾਸੇ ਕੁਝ ਗਬਰੂ ਹੀਰ ਘਾਰੇ ਸਨ ਹੀਰ ਗੁੱਲੀ ਡੰਡਾ ਤੇ ਦੇਸ਼ ਤੋਂ ਲਿਆ ਕੇ ਬੀਜੇ ਬੋੜਾਂ ਵਿੱਚੋਂ ਮੁਤਾਬਦੀਨ ਨੂੰ ਜਾਪ ਰਿਹਾ ਸੀ ਕਿ ਉਹ ਆਪਣੇ ਪਿੰਡ ਪੁੱਜ ਗਿਆ ਹੈ ਜਦੋਂ ਅਗਲਾ ਦਿਨ ਚੜ੍ਹਿਆ ਤਾਂ ਸਾਰੇ ਗੁਰਦੁਆਰੇ ਵਿੱਚ ਅਨੋਖੀ ਚਹਿਲ ਪਹਿਲ ਸ਼ੁਰੂ ਹੋ ਗਈ ਪਤਾ ਲੱਗਿਆ ਸੀ ਕਿ ਦੇਸ਼ ਨੂੰ ਜਾਣ ਵਾਲਾ ਰਜ਼ੂਲਾ ਜਹਾਜ਼ 4 ਦਿਨਾਂ ਨੂੰ ਪਿਨਾਗ ਲੱਗੇਗਾ ਇੱਥੇ ਠਹਿਰੇ ਹੋਏ ਮੁਸਾਫਰ ਤਾਂ ਜਹਾਜ਼ ਦੀ ਆਸ ਤੇ ਹੀ ਜਿਉਂਦੇ ਸਨ ਕਈ ਆਪਣੇ ਕੰਮ ਸਮੀਟ ਕੇ ਜੋ ਪੈਸੇ ਜਮ੍ਹਾਂ ਹੋਏ ਸਨ ਨਾਲ ਲੈ ਕੇ ਇੱਥੇ 2-2 ਮਹੀਨਿਆਂ ਤੋਂ ਜਹਾਜ਼ ਅੜੀਕ ਰਹੇ ਸਨ ਕਦੇ-ਕਦੇ ਇਹ ਆਸ ਬਿਲਕੁਲ ਖੁੱਸਣ ਲੱਗ ਪੈਂਦੀ ਸੀ ਤੇ ਕਈ ਟੱਬਰ ਜਿਨ੍ਹਾਂ ਦੀ ਸੰਕੋਚ ਨਾਲ ਜੋੜੀ ਹੋਈ ਰਕਮ ਮੁਕਣ ਲੱਗ ਪੈਂਦੀ ਨਿਰਾਸ਼ ਹੋ ਕੇ ਦੇਸ਼ ਦਾ ਮੂੰਹ ਤੱਕਣ ਦੀ ਸੱਦਰ ਲਈ ਮੁੜ ਕੇ ਐਸੇ ਪਰਦੇਸ ਵਿੱਚ ਹੀ ਉਹਨੇ ਥਾਮੀ ਚਲੇ ਜਾਂਦੇ ਸਨ ਜਿੱਥੋਂ ਉਹ ਅੱਗੇ ਹੱਡ ਪਨ ਮਿਹਨਤ ਕਰਦੇ ਆਏ ਸਨ ਜਿਵੇਂ ਮਲਾਇਆ ਦੇ ਜੰਗਲਾਂ ਵਿੱਚ ਗੱਡੀਆਂ ਉੱਤੇ ਰਬਰ ਟੋਣ ਅਤੇ ਟੀਨ ਦੇ ਖੱਡੇ ਪੁੱਟਣ ਜਾਂ ਕਿਸੇ ਧੰਨੀ ਦੀ ਦੁਕਾਨ ਉੱਤੇ ਪਹਿਰਾ ਦੇਣ ਆਦਿ ਪਰ ਅੱਜ ਸਭਨਾ ਦੇ ਮੂੰਹ ਆਸ ਨਾਲ ਚਮਕ ਰਹੇ ਸਨ ਜਹਾਜ਼ਾਂ ਦੀ ਕੰਪਨੀ ਦਾ ਏਜੰਟ ਸਵੇਰੇ ਮੋਟਰ ਵਿੱਚ ਆਇਆ ਸੀ ਤੇ ਸਾਰਿਆਂ ਦੇ ਨਾਮ ਲਿਖ ਕੇ ਲੈ ਗਿਆ ਸੀ। ਦੋ ਚਾਰ ਦਿਨ ਹਰ ਇੱਕ ਨੂੰ ਪੱਕੀ ਆਸ ਰਹੀ। ਕੁਝ ਬਾਜ਼ਾਰੋਂ ਜਹਾਜ਼ ਵਿੱਚ ਖਾਣ ਲਈ ਚੀਜ਼ਾਂ ਲਿਆਏ। ਬਹੁਤਿਆਂ ਨੇ ਆਪਣਾ ਆਪਣਾ ਸਮਾਨ ਬੰਨ ਰਿਆ। ਜਨਾਨੀਆਂ ਨੇ ਇੱਕ ਦੂਜੀ ਨਾਲ ਰਾਹ ਵਿੱਚ ਰੋਟੀ ਇਕੱਠੀ ਪਕਾਉਣ ਦੀਆਂ ਸਾਈਆਂ ਵੀ ਲਾਈਆਂ। ਮੁਤਾਬਦੀਨ ਤੇ ਸੰਤ ਸਿੰਘ ਨੇ ਵੀ ਇੱਕ ਚੁੱਲ੍ਹਾ ਖਰੀਦਿਆ ਤੇ ਰਲ ਕੇ ਰਸਦ ਪਾ ਲਈ। ਪਰ ਜਦੋਂ ਰਜ਼ੂਲਾ ਜਹਾਜ਼ ਪినాਂਗੋ ਤੁਰਿਆ ਤਾਂ ਗੁਰਦੁਆਰੇ ਵਿੱਚ ਠਹਿਰੇ ਮੁਸਾਫਰਾਂ ਵਿੱਚੋਂ ਸਿਰਫ ਤਿੰਨ ਹੀ ਇਸ ਵਿੱਚ ਚੜ ਸਕੇ ਇਹ ਤਿੰਨੇ ਸਿਆਮ ਵਿੱਚ ਕੱਪੜੇ ਦਾ ਵਪਾਰ ਕਰਦੇ ਸਨ ਤੇ ਥੋੜੇ ਦਿਨਾਂ ਤੋਂ ਹੀ ਗੁਰਦੁਆਰੇ ਆਏ ਸਨ ਇਹਨਾਂ ਨੇ ਤਿੰਨ ਗੁਣਾ ਵੱਧ ਪੈਸੇ ਦੇ ਕੇ ਬਲੈਕ ਵਿੱਚ ਟਿਕਟਾਂ ਖਰੀਦੀਆਂ ਸਨ ਸਾਰੇ ਗੁਰਦੁਆਰੇ ਵਿੱਚ ਉਦਾਸੀ ਜਿਹੀ ਛਾ ਗਈ ਅੱਜ ਬੱਚੇ ਬੋਰ ਥੱਲੇ ਗੁੱਲੀ ਡੰਡਾ ਨਾ ਖੇਡੇ ਤੇ ਗਬਰੂਆਂ ਨੇ ਹੀਰ ਵੀ ਨਾ ਗਾਈ ਸਿਰਫ ਥੜੇ ਉੱਤੇ ਬੈਠੇ ਲੋਕਾਂ ਵਿੱਚ ਇੱਕ ਬਿਰਧ ਗੱਲਾਂ ਕਰਦਾ ਰਿਹਾ ਭਾਈ ਸਾਨੂੰ ਟਿਕਟਾਂ ਨੂੰ ਮਿਲਣੀ ਆ ਟਿਕਟ ਤਾਂ ਉਹਨਾਂ ਮਲੂਕ ਮਲੂਕ ਸਰਦਾਰਾਂ ਨੂੰ ਮਿਲਣੀ ਆ ਜਿਹੜੇ ਸਾਰਾ ਦਿਨ ਗੁਰਦੁਆਰੇ ਦੀ ਕੋਠੜੀ ਵਿੱਚ ਪਏ ਰਹਿੰਦੇ ਆ ਜਿੱਦਾਂ ਉਹਨਾਂ ਦੇ ਢਿੱਡਾਂ ਵਿੱਚ ਮਲੱਪ ਪਏ ਹੋਣ ਤੇ ਪਿੱਛੋਂ ਤੀਨੇ ਪੈਸੇ ਤਾਰ ਦਿੰਦੇ ਆ ਅਸੀਂ ਤਾਂ 2 ਮਹੀਨਿਆਂ ਤੋਂ ਇਹੀ ਲੀਲਾ ਵੇਖਦੇ ਆਏ ਆ ਮੁਤਾਬਦੀਨ ਤੇ ਸੰਤ ਸਿੰਘ ਰੋਜ਼ ਸਵੇਰੇ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਪਾੜਦੇ ਤੇ ਨਲਕੇ ਤੋਂ ਪਾਣੀ ਭਰ ਕੇ ਲਿਆਉਂਦੇ ਮਤਾਬ ਆਪ ਸਹਿ ਰੁੱਤੀ ਨਿਤ ਰਮਾਲ ਬੰਨੀ ਰੱਖਦਾ ਤੇ ਹੋਰ ਕਿਸੇ ਨੂੰ ਨੰਗੇ ਸਿਰ ਲੰਗਰ ਵਿੱਚ ਨਾ ਜਾਣ ਦਿੰਦਾ ਲੰਗਰ ਵਰਤਾਉਣ ਵੇਲੇ ਵੀ ਦੋਵੇਂ ਸੇਵਾ ਕਰਦੇ ਤੇ ਆਪ ਅਖੀਰ ਤੇ ਖਾਂਦੇ ਬਚ ਗਈ ਇੱਕ ਅੱਧ ਰੋਟੀ ਛਾਮੀ ਮਤਾਬ ਭੋਰ-ਭੋਰ ਕੇ ਕਬੂਤਰਾਂ ਨੂੰ ਪਾ ਦਿੰਦਾ ਗੁਰਦੁਆਰੇ ਦੇ ਬੀੜੇ ਵਿੱਚ بڑے ਕਬੂਤਰ ਇਕੱਠੇ ਹੋ ਜਾਂਦੇ ਇੱਕ ਦਿਨ ਕਬੂਤਰਾਂ ਨੂੰ ਭੂਰਚੂਰ ਪਾਉਂਦਿਆਂ ਉਹਨੇ ਸੁਣਿਆ ਇੱਕ ਮਾਈ ਗੁਰਦੁਆਰੇ ਦੇ ਭਾਈ ਨੂੰ ਉਹਦੇ ਬਾਰੇ ਆਖ ਰਹੀ ਸੀ ਇਹ ਮੌਲਵੀ ਕਿੱਡਾ ਚੰਗਾ ਏ ਭਾਈ ਨੇ ਅਗੂ ਕਿਹਾ ਅੱਲਾ ਲੋਕ ਐ ਮਹੀਨਾ ਇੰਜ ਇੱਥੇ ਬੈਠਿਆ ਮਤਾਬ ਤੇ ਸੰਤ ਸਿੰਘ ਨੂੰ ਹੋ ਗਿਆ ਸੀ ਨਵੇਂ ਆਉਣ ਵਾਲੇ ਜਹਾਜ਼ ਦੀ ਕੋਈ ਉਗ ਸੁਗ ਨਹੀਂ ਸੀ ਦੋਵੇਂ ਸੰਤ ਸਿੰਘ ਦੇ ਟੱਬਰ ਸਣੇ ਰੋਟੀ ਤਾਂ ਲੰਗਰੋਂ ਖਾ ਲੈਂਦੇ ਸਨ ਪਰ ਸੁੱਕਾ ਅੰਨ ਕਾਫੀ ਨਹੀਂ ਸੀ ਸੋ ਘੁੱਟ ਦੁੱਧ ਚੁੰਡੀ ਚੀਨੀ ਦੀ ਲੈ ਕੇ ਕਦੇ ਚਾਹ ਬਣਾ ਲੈਂਦੇ ਕਦੇ ਟੁਕੜਾ ਟੁਕੜਾ ਡਬਲ ਰੋਟੀ ਖਾ ਲੈਂਦੇ ਤੇ ਕਦੇ ਥੋੜੀ ਜਿੰਨੀ ਮਠਿਆਈ ਨਾਲ ਬਾਲੜੀ ਨੂੰ ਪਰਚਾਰ ਲੈਂਦੇ ਕੁਝ ਪੈਸੇ ਅੱਗੇ ਜਹਾਜ਼ ਲਈ ਰਸਦ ਖਰੀਦਣ ਤੇ ਲੱਗੇ ਸਨ ਇਸ ਤਰ੍ਹਾਂ ਦੋਹਾਂ ਨੇ ਜਿਹੜੀ ਪਹਾੜੇ ਲਈ ਰਕਮ ਬਣ ਕੇ ਰੱਖੀ ਸੀ ਉਹ ਵੀ ਮੁੱਕਣ ਲੱਗ ਪਈ ਬੜਾ ਫਿਕਰ ਲੱਗ ਗਿਆ ਜੇ ਪੈਸੇ ਥੜ ਗਏ ਤਾਂ ਦੇਸ਼ ਦਾ ਮੂੰਹ ਦੇਖਣ ਵੀ ਥਾਂ ਕਿਦਰੇ ਮੁੜ ਮੁਤਾਬਦੀਨ ਨੂੰ ਟੀਨ ਦੇ ਖੱਡੇ ਪੁੱਟਣ ਅਤੇ ਸੰਤ ਸਿੰਘ ਨੂੰ ਗੋਰੇ ਦੇ ਗੋਦਾਮ ਤੇ ਪਹਿਰਾ ਦੇਣਾ ਨਾ ਪੈ ਜਾਏ। ਮੋੜ ਪછાਹ ਪਰਤਣ ਤੇ ਕਿੰਨੇ ਪੈਸੇ ਹੋਰ ਫਜ਼ੂਲ ਖਰਚ ਹੋ ਜਾਣਗੇ ਤੇ ਪਤਾ ਨਹੀਂ ਗੋਰੇ ਨੇ ਉਹਦੀ ਥਾਂ ਕੋਈ ਹੋਰ ਰੱਖ ਲਿਆ ਹੋਵੇ ਤੇ ਟੀਨ ਦੇ ਖੱਡੇ ਉੱਤੇ ਵੀ ਮਜ਼ਦੂਰ ਬਹੁਤੇ ਆ ਗਏ ਹੁਣ। ਸੰਤ ਸਿੰਘ ਨਾਲੋਂ ਮਤਾਬ ਬਧੇਰੇ ਚਿੰਤਾ ਵਿੱਚ ਸੀ। ਸਵੇਰੇ ਹੀ ਉਹਦੇ ਭਰਾ ਦਾ ਖੱਤ ਉਹਨੂੰ ਮਿਲਿਆ ਸੀ ਕਿ ਉਹ ਚਿੱਠੀ ਵੇਖਦਿਆਂ ਸਾਰ ਦੇਸ ਆ ਜਾਏ। ਉਨਾ ਦੀ ਬੁੱਢੀ ਮਾਈ ਉਹਦਾ ਰਾਤ ਤੱਕ ਦੀ ਮਰ ਗਈ ਹੈ। ਅਚਨ ਚੇਤ ਮਤਾਬਦੀਨ ਨੂੰ ਖਿਆਲ ਆਇਆ ਵੱਡੇ ਭਰਾ ਨਾਲੋਂ ਮਾਈ ਉਹਨੂੰ ਛੋਟੇ ਹੁੰਦਿਆਂ ਤੋਂ ਹੀ ਵੱਧ ਪਿਆਰ ਕਰਦੀ ਹੁੰਦੀ ਸੀ। ਜਦੋਂ ਉਹ ਏਸ ਟਾਪੂ ਤੇ ਆਉਣ ਲਈ ਘਰੋਂ ਤੁਰਿਆ ਸੀ ਉਦੋਂ ਹੀ ਮਾਈ ਦੀ ਹਾਲਤ ਬੜੀ ਮਾੜੀ ਹੋ ਚੁੱਕੀ ਸੀ। ਸਾਰੇ ਸਰੀਰ ਵਿੱਚ ਪੀੜਾਂ ਛੜੀਆਂ ਰਹਿੰਦੀਆਂ ਸਨ। ਅੱਖਾਂ ਦੀ ਜੋਤ ਤਕਰੀਬਨ ਮੁੱਕ ਚੁੱਕੀ ਸੀ ਤੇ ਵਿਛੜਨ ਬਿਲ੍ਹੇ ਜਿਵੇਂ ਮਾਈ ਦੇ ਸਰੀਰ ਦਾ ਕਾਂਬਾ ਉਦੇ ਸਰੀਰ ਵਿੱਚ ਛੜ ਪਿਆ ਸੀ ਅੰਨੀਆਂ ਗਿੱਲੀਆਂ ਅੱਖਾਂ ਦੀ ਗਿੱਲ ਜਦੋਂ ਉਹਦੀਆਂ ਗੱਲਾਂ ਤੇ ਆ ਗਈ ਸੀ ਇਹ ਸਭ ਇੰਨੇ ਸਾਲਾਂ ਬਾਅਦ ਵੀ ਉਹਨੂੰ ਉਮੀਦਾਂ ਉਮੀਂ ਮਹਿਸੂਸ ਹੋ ਰਿਹਾ ਸੀ ਤੇ ਅੱਜ ਫੇਰ ਉਹਦੇ ਕੰਨ ਮਾਈ ਦੇ ਬੋਲ ਸੁਣ ਰਹੇ ਸਨ ਮੇਰੀਆਂ ਆਂਦਰਾਂ ਦਾ ਟੋਟਾ ਲੈ ਕੇ ਸਮੁੰਦਰਾਂ ਦੇ ਪਾਰ ਜਾ ਰਿਹਾ ਹੈ ਪਰ ਮਤਾਬ ਨੂੰ ਉਦੋਂ ਆਉਣਾ ਹੀ ਪਿਆ ਸੀ ਸਮੁੰਦਰ چیر ਕੇ ਪਾਵੇਂ ਉਹ ਆਉਣਾ ਨਹੀਂ ਸੀ ਚਾਹਦਾ ਉਹਨਾਂ ਦੇ ਘਰ ਦਾ ਛੱਟ ਨਹੀਂ ਸੀ ਟੱਪਦਾ ਪਿਆ ਪਿਓ ਵੇਲੇ ਕੁਝ ਜ਼ਮੀਨ ਗਹਿਣੇ ਪੈ ਗਈ ਸੀ ਤੇ ਜਿਸ ਰਹਿੰਦੀ ਖੁੰਦੀ ਦਾ ਆਸਰਾ ਸੀ ਉਹਨੂੰ ਦਰਿਆ ਨੇ ਵਾਰਾਨ ਕਰ ਦਿੱਤਾ ਸੀ ਵੱਡੇ ਭਰਾ ਨੂੰ ਮਤਾਬ ਨੇ ਮਲਾਇਆ ਜਾਣੋ ਇਹ ਕਹਿ ਕੇ ਰੋਕ ਦਿੱਤਾ ਤੇਰਾ ਪਿੱਛੇ ਕੋਈ ਨਹੀਂ ਆਂਦੇ ਆ ਮਲਾਇਆ ਦੀ ਧਰਤੀ ਬੜੀ ਨਰਦਈ ਆ ਘਾਟੇ ਕੋਈ ਪੜਤਦਾ ਮੈਂ ਚਲਾ ਜਾਵਾਂ ਮੇਰੀਆਂ ਤੇ ਪਿੱਛੇ ਕਿੰਨੀਆਂ ਹੀ ਤੰਦਾ ਆ ਬੋਟੀ ਆ ਤੇ ਆ ਗਹਿਣੇ ਪੇਜ ਮੇਨ ਛਡਾਉਣ ਜੋਗੀ ਰਕਮ ਕਮਾਉਂਦਿਆਂ ਸਾਰ ਹੀ ਪਰਤਾਂਗਾ ਜਦੋਂ ਉਹ ਮਲਾਇਆ ਪੁੱਜਾ ਤਾਂ ਉਹਦਾ ਖਿਆਲ ਸੀ ਉਹ ਕੁਟੋ ਬੱਟੀ ਰਹਿ ਕੇ ਤੇ ਲਹੂ ਪਾਣੀ ਇੱਕ ਕਰਕੇ 8-9 ਮਹੀਨਿਆਂ ਵਿੱਚ ਉਹ ਇੰਨੀ ਕੁ ਰਕਮ ਪਛਾਹ ਕੱ ਲਵੇਗਾ ਪਰ ਇੱਥੇ ਪੁੱਜਦਿਆਂ ਹੀ ਠੂਠਾ ਸ਼ੁਰੂ ਹੋ ਗਈ ਤੇ ਜਾਪਾਨੀਆਂ ਨੇ ਦਿਨਾਂ ਵਿੱਚ ਹੀ ਸਾਰੇ ਮਲਾਇਆ ਦਾ ਰਾਜ ਸੰਭਾਲ ਲਿਆ ਬੰਮਤਰੀਆ ਮੁਤਾਬਦੀਨ ਬੜੇ ਦਿਨ ਟੂਟਾ ਵਿੱਚ ਆਪਣਾ ਸਿਰ ਲੁਕੋਂਦਾ ਰਿਹਾ ਪਰ ਅਖੀਰ ਇੱਕ ਦਿਨ ਇੱਕ ਜਾਪਾਨੀ ਸਿਪਾਹੀ ਨੇ ਖੁਰੇ-ਖੁਰੇ ਕਰਕੇ ਉਹਨੂੰ ਫੜ ਲਿਆ ਤੇ ਕਿਤੇ ਰੇਲ ਦੀ ਪਟੜੀ ਬਣਾਉਣ ਤੇ ਬਗਾਰੀ ਲਾ ਦਿੱਤਾ ਰੱਬ ਰੱਬ ਕਰਕੇ ਜਾਪਾਨੀਆਂ ਦਾ ਕਾਲਾ ਨਰਕ ਲੰਘਿਆ ਤੇ ਮੁਤਾਬਦੀਨ 3 ਡਾਲਰ ਦਿਹਾੜੀ ਤੇ ਟੀਨ ਦੇ ਖੱਡੇ ਪੁੱਟਣ ਲੱਗ ਪਿਆ ਛਾਮੀ ਉਹ ਇੱਕ ਮਾਲ ਡੰਗਰਵਾੜੇ ਲਈ ਪੱਠੇ ਵੜ ਦਿੰਦਾ ਤੇ ਇਹਦੇ ਬਦਲੇ ਉਹਨੂੰ ਕੁਝ ਦੁੱਧ ਮਿਲ ਜਾਂਦਾ ਦੁੱਧ ਬੜਾ ਮਹਿੰਗਾ ਸੀ ਸੋ ਮੁਤਾਬ ਇਹ ਵੇਚ ਕੇ ਵੀ ਕੁਝ ਪੈਸੇ ਕਮਾ ਲੈਂਦਾ ਉਹਦੀ ਹੱਡ ਪੰਨ ਵੀ ਮਿਹਨਤ ਨਹੀਂ ਉਹਨੂੰ ਪੰਜਾਂ ਬਰਿਆਂ ਵਿੱਚ ਹੀ ਬੁੱਢਿਆਂ ਕਰ ਦਿੱਤਾ ਸੀ ਉਹਦੀਆਂ ਗੱਲਾਂ ਵਿੱਚ ਟੋਏ ਪੈ ਗਏ ਸਨ ਤੇ ਅੱਖਾਂ ਥੱਲੇ ਕਾਲੀਆਂ ਝੁਰੜੀਆਂ ਆ ਗਈਆਂ ਸਨ ਪਹਿਲਾਂ ਤਾਂ ਜਾਪਦਾ ਸੀ ਕਿ ਨੇਰੀ ਪੇਟ ਚਟਾਈ ਹੀ ਹੁੰਦੀ ਜਾਏਗੀ ਪਰ ਅਖੀਰ ਉਹਨੇ ਕਰਜ਼ਾ ਲਾ ਹੀ ਲਿਆ ਸੰਤ ਸਿੰਘ ਨੂੰ ਬੜੇ ਮਾਣ ਨਾਲ ਉਹਨੇ ਦੱਸਿਆ ਰੱਬ ਨੇ ਪਲਾ ਕੀਤਾ ਮੈਂ ਗਹਿਣੇ ਤੇ ਜ਼ਮੀਨ ਛਡਾ ਲਈ ਆ ਤੇ ਸੁਣਿਆ ਵਿਰਾਨ ਜ਼ਮੀਨਾਂ ਵੀ ਹੁਣ ਬਾਵਾ ਹੋ ਗਈਆਂ ਦਰਿਆ ਹਟ ਗਿਆ ਆ ਜਾ ਕੇ ਦੋ ਦੇਗਾ ਚੌਲਾਂ ਦੀਆਂ ਬਰਾਦਰੀ ਨੂੰ ਖਵਾ ਦੂੰ ਕਹਿੰਦੇ ਆ ਦੇਸ਼ ਚੌਲਾਂ ਨੂੰ ਅੱਗ ਲੱਗੀ ਹੋਈ ਆ ਪਰ ਇਹ ਸੱਦਰ ਜ਼ਰੂਰ ਲਾਉਣੀ ਆ ਮਤਾਬ ਹੁਣ ਕਿਸੇ ਤਰ੍ਹਾਂ ਵੀ ਦੇਸ਼ ੱਪੜਨਾ ਚਾਹੁੰਦਾ ਸੀ ਸਮੁੰਦਰ چیر ਕੇ ਪਰ ਉਹਨੂੰ ਇੱਥੇ ਰੁਕਣਾ ਪੈ ਰਿਹਾ ਸੀ ਕਿਉਂਕਿ ਉਹ ਤੀਨੇ ਮੁੱਲੋਂ ਟਿਕਟ ਨਹੀਂ ਸੀ ਖਰੀਦ ਸਕਦਾ। ਉਹਦੀ ਆਸ ਹੁਣ ਖੁੱਸਦੀ ਜਾਂਦੀ ਸੀ। ਦੋ ਦੇਗਾ ਚੌਲਾਂ ਲਈ ਪੈਸੇ ਤਾਂ ਇੱਕ ਬੰਨੇ ਜਹਾਜ਼ ਤੇ ਗੱਡੀ ਦੇ ਭਾੜੇ ਦੀ ਰਕਮ ਵੀ ਖੁਰਨ ਲੱਗ ਪਈ ਸੀ। ਇੱਕ ਦਿਨ ਸੰਤ ਸਿੰਘ ਬਾਜ਼ਾਰੋਂ ਜੇਬ ਕਟਾ ਆਇਆ। 20 ਕੁ ਡਾਲੇ ਇੰਝ ਮੁੱਕ ਗਏ। ਦੋਹਾਂ ਨੂੰ ਜਾਪਿਆ ਜਿਵੇਂ ਉਹਨਾਂ ਦਾ ਲੱਕ ਟੁੱਟ ਗਿਆ ਹੋਵੇ। ਦੋਹਾਂ ਨੇ ਰਿਕਸ਼ਾ ਗੱਡੀਆਂ ਕਰਾਏ ਤੇ ਲੈ ਕੇ ਬੌਣੀਆਂ ਸ਼ੁਰੂ ਕਰ ਦਿੱਤੀਆਂ। 5-5 ਡਾਲਰ ਕਿਰਾਏ ਦੇ ਰੋਜ਼ ਦੇਣੇ ਪੈਂਦੇ ਸਨ ਜੋ ਬਚ ਜਾਂਦਾ ਉਹ ਦੋਵੇਂ ਜੋੜ ਕੇ ਰੱਖ ਲੈਂਦੇ ਦੋਹਾਂ ਲਈ ਇਹ ਕੰਮ ਨਮਾ ਸੀ ਤੇ ਨਾਲੇ ਲੰਗਰੋਂ ਸੁੱਕਾ ਅਨ ਖਾ ਕੇ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਸੀ ਪਰ ਇਸ ਤੋਖਲੇ ਵਿੱਚ ਕਿਤੇ ਠੀਕ ਭਾਅ ਤੇ ਮਿਲਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਉਹਨਾਂ ਕੋਲ ਨਾ ਬਚਣ ਉਹਨਾਂ ਕੁਝ ਵੀ ਆਪਣੇ ਖਾਣ ਪੀਣ ਤੇ ਨਾ ਖਰਚਿਆ ਜਦੋਂ ਰੇਕਸ਼ਾ ਖੜੀ ਕਰਕੇ ਉਹ ਕਿਧਰੇ ਆਪਣਾ ਮੁੜਕਾ ਪਹੁੰਚ ਰਹੇ ਹੁੰਦੇ ਤਾਂ ਕੋਲੋਂ ਕੋਈ ਖਾਣ ਵਾਲੀ ਚੀਜ਼ ਵੇਚਦਾ ਲੰਘਦਾ ਤਾਂ ਉਹ ਤੱਕਦੇ ਰਹਿੰਦੇ ਭੁੱਖ ਉਨ੍ਹਾਂ ਦੀਆਂ ਆਂਦਰਾਂ ਬਲੁੰਦਰ ਦੀ ਤੇ ਉਹ ਤੱਕਦੇ ਰਹਿੰਦੇ ਕਦੇ ਸੰਤ ਸਿੰਘ ਕਹਿੰਦਾ ਦੇਸ਼ ਦੇ ਆਟੇ ਦੀ ਕੀ ਰੀਸ ਆ ਮੇਰੀ ਰੋਟੀ ਨਹੀਂ ਮਾਣ ਇੰਨੇ ਸਾਲਾਂ ਤੋਂ ਨਰੋਈ ਕੋਨੀ ਕਣੇ ਕੜ ਕੇ ਸੁਪਨੇ ਵਿੱਚ ਵੀ ਨਹੀਂ ਚੱਖੀ ਇਹ ਆਸਟ੍ਰੇਲੀਆ ਦੀ ਖੇ ਹੀ ਖਾਂਦੇ ਰਹੇ ਆ ਕਦੇ ਕੋਲੋਂ ਅਮਰੀਕਾ ਤੋਂ ਆਏ ਮਾਲਟਿਆਂ ਨਾਲ ਲੱਦੀਆਂ ਰੇੜੀਆਂ ਲੰਘਦੀਆਂ ਮਤਾਬ ਆਖਦਾ ਦੇਸ਼ ਦੇ ਅੰਬਾਂ ਵਰਗਾ ਸਾਰੇ ਜਹਾਨ ਤੇ ਕੋਈ ਮੇਵਾ ਨਹੀਂ ਕੁਝ ਪਲਾਂ ਲਈ ਰਿਕਸ਼ਾ ਅਲੋਪ ਹੋ ਜਾਂਦੀ ਉਹ ਅੰਬਾਂ ਦੇ ਬਾਗ ਵਿੱਚ ਸਨ ਕੋਇਲਾਂ ਕੁکریاں ਸਨ ਚੁੱਲ੍ਹੇ ਕੋਲ ਬੈਠਿਆਂ ਨੂੰ ਮਾਂ ਕੋਨੀ ਕਣਕ ਦੀ ਰੋਟੀ ਖਿਲਾ ਰਹੀ ਸੀ ਰਿਕਸ਼ਾ ਏ ਰਿਕਸ਼ਾ ਦੋ ਸਵਾਰੀਆਂ ਸਮਾਨ ਵੀ ਆ ਤੇ ਰਿਕਸ਼ਾ ਫੇਰ ਉੱਲਰ ਪੈਂਦੀ ਮੋਟਰਾਂ ਟਰਾਂਮਾਂ ਬੱਸਾਂ ਦੀ ਭੀੜ چیرਦੇ ਉਹ ਡਗੜ ਡਗੜ ਕਰਨ ਲੱਗ ਪੈਂਦੇ ਦੇਸ਼ ਤੋਂ ਆਏ ਜਹਾਜ਼ ਵਿੱਚੋਂ ਸਾਰੀਆਂ ਸਵਾਰੀਆਂ ਉਤਰ ਰਹੀਆਂ ਸਨ ਦੋ ਆਦਮੀਆਂ ਤੇ ਇੱਕ ਬੱਚੇ ਨੂੰ ਆਪਣੀ ਰਿਕਸ਼ਾ ਵਿੱਚ ਮਤਾਬ ਨੇ ਬਿਠਾਇਆ ਮਤਾਬ ਨੇ ਸੁਣਿਆ ਸੋਹਣਾ ਜਿਹਾ ਬੱਚਾ ਆਖ ਰਿਹਾ ਸੀ ਬਾਪੂ ਇੱਥੇ ਮੁਸਲਮਾਨ ਤਾਂ ਨਹੀਂ ਹੋਣੇ ਉਹਨਾਂ ਮੇਰੇ ਵਰਗੇ ਬੱਚਿਆਂ ਨੂੰ ਵੀ ਨਹੀਂ ਛੱਡਿਆ ਤੇ ਬੱਚਾ ਅਚਾਨਕ ਰੋਣ ਲੱਗ ਪਿਆ ਸੀ ਸੰਤ ਸਿੰਘ ਦੀ ਰਿਕਸ਼ਾ ਵਿੱਚ ਬਹਿਣੋਂ ਜਹਾਜ਼ੋਂ ਉਤਰੀਆਂ ਦੋ ਮੁਸਲਮਾਨ ਸਵਾਰੀਆਂ ਨੇ ਨਾਂ ਕਰ ਦਿੱਤੀ। ਉਹ ਹਾਲੀ ਬਹੁਤੀ ਦੂਰ ਨਹੀਂ ਸੀ ਗਿਆ ਕਿ ਉਹਨੇ ਉਹਨਾਂ ਵਿੱਚੋਂ ਇੱਕ ਨੂੰ ਗੱਲਾਂ ਕਰਦਿਆਂ ਸੁਣਿਆ ਸਿੱਖ ਜਾਂ ਹਿੰਦੂ ਨੂੰ ਪੈਸੇ ਘਟਾਉਣਾ ਹਰਾਮ ਹੈ। ਇਹਨਾਂ ਕਲਕੱਤੇ ਵਿੱਚ ਸਾਡੇ ਹਜ਼ਾਰਾਂ ਭਰਾ ਮਾਰੇ ਨੇ ਤੇ ਉਹ ਦੋਵੇਂ ਇੱਕ ਚੀਨੇ ਵਿਅਕਤੀ ਦੀ ਰਿਕਸ਼ੇ ਉੱਤੇ ਬਹਿ ਗਏ ਸਨ। ਰਾਤ ਨੂੰ ਸੰਤ ਸਿੰਘ ਤੇ ਮਤਾਬ ਦਿਨੇ ਸੁਣੀਆਂ ਆਪਸ ਵਿੱਚ ਕਰ ਰਹੇ ਸਨ ਕਿ ਇੰਨੇ ਨੂੰ ਕੋਲੋਂ ਦੋ ਸਿੱਖ ਲੰਗੇ ਇਹ ਅੱਜ ਹੀ ਜਹਾਜ਼ ਤੋਂ ਉਤਰ ਕੇ ਗੁਰਦੁਆਰੇ ਆਏ ਸਨ ਇਹਨਾਂ ਸੰਤ ਸਿੰਘ ਨੂੰ ਆਪਣੇ ਕੋਲ ਬੁਲਾਇਆ ਤੇ ਉਹਦੇ ਨਾਲ ਗੱਲਾਂ ਕਰਦੇ ਰਹੇ ਸੰਤ ਸਿੰਘ ਜਦੋਂ ਫੇਰ ਮਤਾਬ ਕੋਲ ਆਇਆ ਤਾਂ ਉਹਦਾ ਮੂੰਹ ਉੱਤਰਿਆ ਹੋਇਆ ਸੀ ਮਤਾਬ ਨੇ ਪੁੱਛਿਆ ਕੀ ਆਖਦੇ ਸੀ ਉਹ ਨਹੀਂ ਕੁਝ ਨਹੀਂ ਐਵੇਂ ਕੁਝ ਸੁਰਪਤਾ ਦੱਸੇਗਾ ਵੀ ਸੰਤ ਸਿੰਘ ਨੇ ਮਤਾਬ ਦਾ ਹੱਥ ਘੁੱਟ ਕੇ ਫੜ ਲਿਆ ਤੇ ਉਹਦੀਆਂ ਅੱਖਾਂ ਵਿੱਚ ਨਜ਼ਰਾਂ ਗੱਡ ਕੇ ਕਿਹਾ ਕਹਿੰਦੇ ਸੀ ਤੂੰ ਮੁਸਲਮਾਨ ਆ ਮਤਾਬ ਨੇ ਹੈਰਾਨ ਹੋ ਕੇ ਕਿਹਾ ਤੇ ਫੇਰ ਕੀ ਇਹ ਕੋਈ ਨਵੀਂ ਗੱਲ ਆ ਕਹਿੰਦੇ ਸੀ ਮੁਸਲਮਾਨ ਸੱਪਾ ਸੱਪ ਲੱਖ ਦੁੱਧ ਪਿਆਓ ਡਾਂਗ ਹੀ ਮਾਰੂ ਮਤਾਬ ਪੱਥਰ ਵਾਂਗ ਅਡੋਲ ਹੋਇਆ ਮੂੰਹ ਨੀਵਾ ਪਾਈ ਬੈਠਾ ਰਿਹਾ ਸੰਤ ਸਿੰਘ ਉਹਦੇ ਹੋਰ ਨੇੜੇ ਟੱਕ ਗਿਆ ਕਮਲਿਆ ਇਹ ਉਹਨਾਂ ਦੀਆਂ ਗੱਲਾਂ ਸਨ ਤੂੰ ਪੁੱਛੀਂਆ ਤੇ ਮੈਂ ਦਸੀਂਆ ਮੇਰੇ ਮਨ ਤਾਂ ਇਹ ਉੱਕਾ ਨਹੀਂ ਲਗਦੀਆਂ ਇਹ ਲੋਕ ਤਾਂ ਪਾਗਲ ਨੇ ਅਸਲੀ ਜੜ ਤਾਂ ਗੋਰੇ ਨੇ ਅਛੋਪਲੇ ਹੀ ਸੰਤ ਸਿੰਘ ਦੀ ਧੀ ਬਚਨੋ ਮਤਾਬ ਦੀ ਝੋਲੀ ਵਿੱਚ ਆਣ ਬੈਠੀ ਚਾਚਾ ਅੱਜ ਕਬੂਤਰਾਂ ਨੂੰ ਟੋਕਰ ਨਹੀਂ ਪਾਉਣਾ ਵਿਚਾਰੇ ਕਦੋਂ ਦੇ ਉਡੀਕਦੇ ਆ ਮਤਾਬ ਨੇ ਬਚਨੋ ਨੂੰ ਘੁੱਟ ਕੇ ਗਲੇ ਨਾਲ ਲਾ ਲਿਆ ਚਾਚਾ ਤੂੰ ਰੋਂਦਾ ਪਿਆ ਏ ਤੇਰੀਆਂ ਅੱਖਾਂ ਗਿੱਲੀਆਂ ਨੇ ਕਬੂਤਰੀਏ ਮੈਂ ਕਾਹਨੂੰ ਰੋਣਾ ਆਖ ਮਤਾਬ ਨੇ ਉਹਨੂੰ ਹੋਰ ਕੁੱਟ ਲਿਆ ਬਚਨੋਂ ਨੇ ਆਪਣੀਆਂ ਬਾਲੜੀਆਂ ਬਾਹਾਂ ਉਹਦੇ ਗਲਦ ਵਾਲੇ ਵੜ ਲਈਆਂ ਸੰਤ ਸਿੰਘ ਦੀ ਤੱਕਣੀ ਵਿੱਚ ਇੱਕ ਮੋਹ ਭਰਿਆ ਨਿਗ ਕੁਲਿਆ ਹੋਇਆ ਸੀ ਅਖੀਰ ਪੂਰੇ 2 ਮਹੀਨਿਆਂ ਮਗਰੋਂ ਮਤਾਬ ਤੇ ਸੰਤ ਸਿੰਘ ਦੇ ਟੱਬਰ ਨੂੰ ਜਹਾਜ਼ ਦੀਆਂ ਟਿਕਟਾਂ ਮਿਲ ਗਈਆਂ ਐਤਕੀ ਗੁਰਦੁਆਰੇ ਵਿੱਚ ਠਹਿਰਿਆ ਸਭਨਾਂ ਨੂੰ ਹੀ ਟਿਕਟਾਂ ਮਿਲ ਗਈਆਂ ਸਨ ਪਰਸੋਂ ਨੂੰ ਜਹਾਜ਼ ਤੁਰ ਰਿਹਾ ਸੀ ਦੋਵੇਂ ਰਿਕਸ਼ਾ ਮੋੜ ਕੇ ਜਿੰਨੇ ਪੈਸੇ ਉਹਨਾਂ ਅੱਜ ਤੱਕ ਜੋੜੇ ਸਨ ਗਿਣਨੇ ਲੱਗੇ। ਹਿਸਾਬ ਲਾ ਕੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਲੋੜੀਂਦੇ ਖਰਚ ਤੋਂ ਵੱਧ ਵੀ ਉਹਨਾਂ ਕੋਲ ਕੁਝ ਬਚਦਾ ਸੀ। ਬਚਨوں ਨੂੰ ਲੈ ਕੇ ਦੋਵੇਂ ਬਾਜ਼ਾਰ ਚਲੇ ਗਏ। ਸੰਤ ਸਿੰਘ ਨੇ ਬਚਨੋਂ ਲਈ ਬੜੀ ਸੋਹਣੀ ਰਬੜ ਦੀ ਜੁੱਤੀ ਖਰੀਦੀ ਤੇ ਆਪਣੀ ਬੋਟੀ ਦੇ ਸੁੱਥਣ ਲਈ ਇੱਕ ਚੀਨੀ ਰੇਸ਼ਮ ਦਾ ਟੋਟਾ। ਮਤਾਬ ਨੇ ਵੀ ਆਪਣੀ ਬੋਟੀ ਲਈ ਅਜੀਹਾ ਹੀ ਟੋਟਾ ਖਰੀਦ ਲਿਆ। ਆਪਣੀ ਤੀ ਤਾਜੋ ਲਈ ਉਹਨੇ ਬਚਨੋ ਦੇ ਮਾਪ ਦੀ ਰਬੜ ਦੀ ਜੁੱਤੀ ਖਰੀਦ ਲਈ ਦੋਵੇਂ ਹਾਣ ਦੀਆਂ ਸਨ ਸਮੁੰਦਰ ਅੱਜਕੱਲ ਬੜਾ ਤੂਫਾਨੀ ਹੋਇਆ ਹੋਇਆ ਸੀ ਜਹਾਜ਼ ਵਿੱਚ ਡੈਕ ਦੇ ਮਸਾਫਰ ਤਾਂ ਬਹੁਤ ਹੀ ਤਕਲੀਫ ਵਿੱਚ ਸਨ ਜਹਾਜ਼ ਨੇ ਦੂਜੇ ਦਿਨ ਤੋਂ ਹੀ ਬੜਾ ਡੋਲਣਾ ਸ਼ੁਰੂ ਕਰ ਦਿੱਤਾ ਸਮੁੰਦਰ ਵਿੱਚ ਏਡੀ ਏਡੀ ਛਲ ਉੱਠਦੀ ਕਿ ਜਹਾਜ਼ ਤੋਂ ਆਰ ਪਾਰ ਲੰਘ ਜਾਂਦੀ ਤੀਜੇ ਦਿਨ ਬਚਨੋ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੰਤ ਸਿੰਘ ਤੇ ਉਹਦੀ ਬੋਟੀ ਦਾ ਜੀ ਦੂਜੇ ਦਿਨ ਤੋਂ ਹੀ ਬਹੁਤ ਕੱਚਾ ਹੋਂ ਲੱਗ ਪਿਆ ਸੀ ਸਿਰਫ ਮਤਾਬ ਨੇ ਹੀ ਸੁਰਤ ਸੰਭਾਲ ਰੱਖੀ ਸੀ ਤੇ ਉਹੀ ਬਚਨوں ਨੂੰ ਕੁਛੜ ਲਈ ਬੈਠਾ ਸੀ ਛੱਲਾਂ ਦੀ ਮਾਰ ਤੋਂ ਬਚਾਉਂਦਾ ਤੇ ਜਦੋਂ ਉਹ ਉਲਟੀ ਕਰਦੀ ਉਹਨੂੰ ਕੋਰਲੀ ਕਰਾ ਕੇ ਉਹਦਾ ਮੂੰਹ ਧੋਂਦਾ ਕੁਛੜ ਵਿੱਚ ਬੇਸੁਰਤ ਲੇਟੀ ਬਚਨوں ਉਹਨੂੰ ਕਈ ਵਾਰ ਤਾਜੋ ਲੱਗਣ ਲੱਗ ਪੈਂਦੀ ਕਬੂਤਰੀ ਉਹ ਆਪਣੇ ਨਿੱਕੀ ਜੀ ਤਾਜੋ ਨੂੰ ਲਾੜ ਨਾਲ ਕਹਿੰਦਾ ਹੁੰਦਾ ਸੀ ਤੇ ਹੁਣ ਤੇ ਉਹ ਵੀ ਸੁਖ ਨਾਲ ਬਚਨੋ ਜਿੱਡੀ ਹੀ ਹੋਗੀ ਹੋਵੇਗੀ ਹੁਣ ਜਦੋਂ ਉਹ ਉਹਦੇ ਨਿੱਕੇ ਗੋਰੇ ਪੈਰਾਂ ਵਿੱਚ ਰਬੜ ਦੀਆਂ ਜੁੱਤੀਆਂ ਪਵਾਏਗਾ ਤਾਂ ਉਹ ਮਾਣ ਨਾਲ ਸਾਰੇ ਪਿੰਡ ਦੇ ਨਿਆਣਿਆਂ ਨੂੰ ਦਿਖਾਉਂਦੀ ਫਰੇਗੀ ਪਰ ਉਹ ਉਹਨਾਂ ਨੂੰ ਦੱਸੇਗੀ ਤਾਜੀਏ ਤੇਰਾ ਬਾਈ ਤੇ ਉਹਦੀ ਮਾਂ ਚੀਨੀ ਰੇਸ਼ਮ ਦੀ ਸੁਥਣ ਪਾ ਕੇ ਕਿੰਨੀ ਖੁਸ਼ ਹੋਏਗੀ ਕਿੱਡੀ ਕੁੜੀ ਸੁਥਣ ਜਦੋਂ ਉਹ ਆਇਆ ਸੀ ਤਾਂ ਉਹਨੇ ਅਥਰੂਆਂ ਵਿੱਚੋਂ ਤੱਕਦਿਆਂ ਉਹਨੂੰ ਕਿਹਾ ਸੀ ਵੇਖਣਾ ਕਿਤੇ ਉਥੋਂ ਦੇ ਨਾ ਹੋ ਕੇ ਰਹਿ ਜਾਣਾ ਤੁਹਾਨੂੰ ਮੇਰੀ ਕਸਮ ਤਾਜੂ ਦੀ ਕਸਮ ਤੇ ਹੁਣ ਉਹ ਉਹਦੇ ਕੋਲ ਜਾ ਰਿਹਾ ਸੀ ਉਹ ਉਹਦੀ ਕਸਮ ਤੇ ਪੱਕਾ ਰਿਹਾ ਸੀ ਉਹ ਤੇ ਪਹਿਲੀਆਂ ਵਾਂਗ ਹਾਲੀ ਮਟਿਆਰੀ ਹੋਏਗੀ ਉਹਦੀਆਂ ਅੱਖਾਂ ਵਿੱਚ ਸੁਰਮਾ ਓਨਾ ਹੀ ਕਾਲਾ ਤੇ ਉਹਦਾ ਪਿੰਡਾ ਓਨਾ ਹੀ ਗੋਰਾ ਹੋਵੇਗਾ ਅਚੇਤ ਹੀ ਉਹਨੇ ਆਪਣੇ ਚੁਰੜੇ ਮੂੰਹ ਤੇ ਉਂਗਲਾਂ ਫੇਰੀਆਂ ਅਣਮੁੰਨੀ ਦਾੜੀ ਰੜਕੀ ਅੱਖਾਂ 'ਤਲੇ ਕਾਲਖ ਦੀਆਂ ਸ਼ਾਇਆਂ ਕੁਝ ਗਰਮ ਜੀਆਂ ਹੋ ਗਈਆਂ ਜਾਪੀਆਂ ਇੱਕ ਬੜੀ ਵੱਡੀ ਛੱਲ ਸਮੁੰਦਰ ਵਿੱਚੋਂ ਉੱਠ ਕੇ ਸਾਰੇ ਡੈਕ ਵਿੱਚ ਖੇਲਰ ਗਏ ਤੂਫਾਨਾ ਕਰਕੇ ਜਹਾਜ਼ 2 ਦਿਨ ਪੱਛੜ ਕੇ ਕਲਕੱਤੇ ਲੱਗਾ ਇੱਥੇ ਫਸਾਦਾਂ ਦਾ ਜ਼ੋਰ ਸੀ ਸੰਤ ਸਿੰਘ ਉਹਦਾ ਟੱਬਰ ਤੇ ਮਤਾਬ ਰਾਤ ਨੂੰ ਹੀ ਗੱਡੀ ਚੜ ਗਏ ਗੱਡੀ ਵਿੱਚ ਵੀ ਸਫ਼ਰ ਜਹਾਜ਼ ਜਿੰਨਾ ਹੀ ਔਖਾ ਸੀ ਪੰਦ ਵੀ ਉਨਾ ਹੀ ਸੀ ਪਰ ਹੁਣ ਉਹਨਾਂ ਨੂੰ ਕੋਈ ਐਡਾ ਤੌਖਲਾ ਨਹੀਂ ਸੀ ਉਹ ਆਪਣੇ ਦੇਸ਼ ਦੀ ਧਰਤੀ ਤੇ ਜੋ ਸਨ ਰਾਹ ਵਿੱਚ ਉਹਨਾਂ ਕੁਝ ਅੰਬ ਖਰੀਦੇ ਕੁਝ ਉਹਨਾਂ ਖਾ ਲਏ ਤੇ ਕੁਝ ਆਪੋ ਆਪਣੀ ਘਰਿੰ ਸੁਗਾਤ ਵਜੋਂ ਲਿਜਾਣ ਲਈ ਵੰਨ ਲਏ ਬਚਨੋ ਮਲਾਇਆ ਵਿੱਚ ਹੀ ਜੰਮੀ ਸੀ ਤੇ ਪਹਿਲੀ ਵਾਰ ਦੇਸ਼ ਆਈ ਸੀ ਉਹਨੇ ਅੱਜ ਅੰਬ ਪਹਿਲੀ ਵਾਰ ਚੱਖਿਆ ਸੀ ਉਹਨੂੰ ਇਹ ਬੜਾ ਹੀ ਸਵਾਦ ਲੱਗਾ ਉਹਨੇ ਮਤਾਬ ਨੂੰ ਕਿਹਾ ਚਾਚਾ ਸਾਡੇ ਦੇਸ਼ ਬੜਾ ਹੀ ਚੰਗਾ ਏ ਉਹਨੇ ਹੀ ਚੰਗਾ ਜਿੰਨਾ ਤੂੰ ਕਹਿੰਦਾ ਸੀ ਮਤਾਬ ਨੇ ਉਹਨੂੰ ਚੁੰਮ ਲਿਆ। ਉਹਦੇ ਮੂੰਹ ਵਿੱਚੋਂ ਅੰਬ ਦੀ ਵਾਸਨਾ ਆ ਰਹੀ ਸੀ। ਮਤਾਬ ਨੂੰ ਇਹ ਸੋਚ ਕੇ ਅਜੀਬ ਸੁੱਖ ਹੋਇਆ ਕਿ ਤਾਜੋ ਨੂੰ ਵੀ ਇਹ ਇੰਨਾ ਹੀ ਚੰਗਾ ਲੱਗੇਗਾ ਤੇ ਉਹਦੀ ਮਾਂ ਨੂੰ ਵੀ ਤੇ ਉਹਨਾਂ ਦੇ ਮੂੰਹਾਂ ਵਿੱਚੋਂ ਵੀ ਇੰਜ ਹੀ ਵਾਸਨਾ ਆਏਗੀ। ਅਖੀਰ ਗੱਡੀ ਏਡਾ ਪੰਧ ਚੀਰ ਕੇ ਉਸ ਸਟੇਸ਼ਨ ਤੇ ਪੁੱਜ ਗਈ ਜਿੱਥੇ ਮਤਾਬ ਤੇ ਸੰਤ ਸਿੰਘ ਨੇ ਉਤਰਨਾ ਸੀ। ਸਟੇਸ਼ਨ ਤੇ ਅਜੀਬ ਕੁਟੀਕੁਟੀ ਫੈਜ਼ਾ ਸੀ। ਸਿੱਖ ਤੇ ਹਿੰਦੂ ਸਵਾਰੀਆਂ ਦੀਆਂ ਟੋਲੀਆਂ ਵੱਖ-ਵੱਖ ਬੈਠੀਆਂ ਸਨ ਮੁਸਲਮਾਨ ਸਵਾਰੀਆਂ ਦੀਆਂ ਵੱਖ ਬੜੇ ਪੁਲਸੀਏ ਇੱਧਰ-ਉੱਧਰ ਫਿਰ ਰਹੇ ਸਨ ਮਤਾਬ ਤੇ ਸੰਤ ਸਿੰਘ ਨੇ ਅੱਗੇ ਕਦੇ ਸਟੇਸ਼ਨ ਤੇ ਇੰਨੀ ਪੁਲਿਸ ਨਹੀਂ ਸੀ ਵੇਖੀ ਤੇ ਉਹਨਾਂ ਧੱਕਿਆ ਕਿ ਭੀਖ ਮੰਗਦੇ ਫਕੀਰ ਮੰਗਣ ਤੋਂ ਪਹਿਲਾਂ ਟੀਰੀ ਅੱਖਾਂ ਨਾ ਜਾਂਚ ਲੈਂਦੇ ਹਨ ਕਿ ਕਿਤੇ ਉਹ ਗੈਰ ਮਜ਼ਬ ਵਾਲੇ ਲੋਕਾਂ ਤੋਂ ਤਾਂ ਨਹੀਂ ਮੰਗ ਰਹੇ ਸਟੇਸ਼ਨੋਂ ਬਾਹਰ ਨਿਕਲ ਕੇ ਸੰਤ ਸਿੰਘ ਨੇ ਇੱਕ ਟਾਂਗੇ ਵਾਲੇ ਨੂੰ ਬੁਲਾਇਆ। ਇੱਕ ਸਿੱਖ ਟਾਂਗੇ ਵਾਲਾ ਆ ਗਿਆ। ਭਾਈ ਮੋਟਰਾਂ ਦੇ ਅੱਡੇ ਤੇ ਚੱਲਣਾ। ਤਿੰਨ ਸਵਾਰੀਆਂ ਤੇ ਇੱਕ ਬੱਚਾ ਏ। ਕੀ ਲਵੇਂਗਾ? ਟਾਂਗੇ ਵਾਲੇ ਨੇ ਮੁਤਾਬਲ ਇਸ਼ਾਰਾ ਕਰਕੇ ਪੁੱਛਿਆ, ਇਹ ਮੁਸਲਮਾਨ ਆ? ਹਾਂ। ਹੈਰਾਨ ਸੰਤ ਸਿੰਘ ਨੇ ਹੰਗਾਰਾ ਭਰਿਆ। ਇਹਨੂੰ ਇਸ ਟਾਂਗੇ ਵਿੱਚ ਨਾ ਬਿਠਾਓ। ਜਿੱਧਰੋਂ ਮੈਂ ਜਾਣਾ ਏ, ਉਧਰੋਂ ਇਹਦੇ ਲਈ ਚੰਗਾ ਨਹੀਂ। ਤੁਸੀਂ ਜੰਮ ਜੰਮ ਕੇ ਚਲੋ। ਇੰਨੇ ਨੂੰ ਇੱਕ ਮੁਸਲਮਾਨ ਟਾਂਗੇ ਵਾਲਾ ਵੀ ਮੁਤਾਬਦੀਨ ਕੋਲ ਆ ਗਿਆ ਮੋਟਰਾਂ ਤੇ ੱਡੇ ਜਾਣਾ ਜੇ ਤੁਸੀਂ ਮੇਰੇ ਨਾਲ ਬਹਿ ਜਾਓ ਸਰਦਾਰ ਦੇ ਟਾਂਗੇ ਨੇ ਜਿੱਧਰੋਂ ਲੰਘਣਾ ਏ ਉਧਰ ਬਹੁਤੇ ਹਿੰਦੂ ਰਹਿੰਦੇ ਨੇ ਮੈਂ ਮੁਸਲਮਾਨ ਮਹੱਲੇ ਵਿੱਚੋਂ ਲੰਘਾ ਲ ਜਾਊ ਇੰਜ ਭਾਵੇਂ ਬਲਾਤਾ ਪਉ ਪਰ ਬਚਾ ਇਸੇ ਵਿੱਚ ਹੀ ਆ ਮਜਬੂਰੀ ਦੋਵੇਂ ਵੱਖ-ਵੱਖ ਟਾਂਗਿਆਂ ਵਿੱਚ ਬੈਠ ਗਏ ਬੱਚ ਨੂੰ ਆਪਣੇ ਟਾਂਗੇ ਵਿੱਚ ਰੋਣ ਲੱਗ ਪਈ ਚਾਚਾ ਤੂੰ ਕਿੱਥੇ ਚੱਲੇ ਆਏ ਤੂ ਤੇ ਕਹਿੰਦਾ ਸੀ ਤੂੰ ਮੈਨੂੰ ਤਾਜੋ ਕੋਲ ਲੈ ਕੇ ਚਲੇਗਾ ਤੇ ਤਾਜੋ ਤੇ ਮੈਂ ਪੱਕੀਆਂ ਸਹੇਲੀਆਂ ਬਣ ਜਾਵਾਂਗੀਆਂ ਸਿੱਖ ਟਾਂਗੇ ਵਾਲੇ ਨੇ ਘੋੜੇ ਨੂੰ ਚਾਬਕ ਮਾਰੀ ਟਾਂਗਾ ਤੁਰ ਪਿਆ ਬਚਨੋ ਹਾਲੀ ਵੀ ਮਤਾਬ ਚਾਚੇ ਨੂੰ ਬੁਲਾ ਰਹੇ ਸੀ ਭਾਵੇਂ ਮਤਾਬ ਦੇ ਟਾਂਗੇ ਨੂੰ ਵੀ ਬਲਾ ਪਾ ਕੇ ਆਉਣਾ ਪੈਣਾ ਸੀ ਪਰ ਉਹ ਸੰਤ ਸਿੰਘ ਦੇ ਟਾਂਗੇ ਨਾਲੋਂ ਪਹਿਲਾਂ ਅੱਡੇ ਤੇ ਪਹੁੰਚ ਗਿਆ ਤੇ ਲਾਰੀ ਵਿੱਚ ਉਹਨਾਂ ਦੀ ਥਾਂ ਰਖਵਾ ਕੇ ਇੱਧਰ ਉੱਧਰ ਫਿਰਨ ਲੱਗ ਪਿਆ ਸਾਹਮਣੇ ਇੱਕ ਆਟੇ ਦਾਣੇ ਦੀ ਦੁਕਾਨ ਸੀ ਮਤਾਬ ਨੇ ਸੋਚਿਆ ਦੋ ਦੇਗਾਂ ਚੋਲਾਂ ਦੀਆਂ ਜੋ ਖੋਣੀਆਂ ਨੇ ਭਾਈ ਪੁੱਛ ਲਵਾ ਪਰ ਦੁਕਾਨਦਾਰ ਨੇ ਉਹਦੇ ਨਾਲ ਗੱਲ ਵੀ ਨਾ ਕੀਤੀ ਸਿਰਫ ਸਿਰ ਹਿਲਾ ਕੇ ਦੱਸ ਦਿੱਤਾ ਕਿ ਚੋਲ ਹੈ ਨਹੀਂ ਮਤਾਬ ਫੇਰ ਲਾਰੀ ਵਿੱਚ ਆ ਬੈਠਾ ਹੁਣ ਤਾਜੋ ਤੇ ਉਹਦੀ ਮਾਂ ਸਮੁੰਦਰਾਂ ਦੀ ਵਿੱਥ ਤੇ ਨਹੀਂ ਸਨ ਉਹਦਾ ਕਰਜ਼ਾ ਲੈ ਚੁੱਕਾ ਸੀ ਹੁਣ ਪਿੰਡ ਵਿੱਚ ਉਹ ਅੱਗੇ ਨਾਲੋਂ ਬਹੁਤ ਸੁਖੀ ਹੋਣਗੇ ਦਰਿਆ ਵੀ ਉਨਾ ਦੇਜਮੈਂਟ ਉੱਤ ਗਿਆ ਸੀ ਜ਼ਮੀਨ ਬਾਵਾ ਹੋ ਗਈ ਹੋ ਤੇ ਨਾਲੇ ਲੋਕੀ ਆਖਦੇ ਸਨ ਹੁਣ ਆਜ਼ਾਦੀ ਮਿਲਣ ਵਾਲੀ ਆ ਫਰੰਗੀਆਂ ਮਹੀਨੇ ਡੂੜਨੋਂ ਤੁਰ ਜਾਣਾ ਕਾਫੀ ਦੇਰ ਹੋ ਗਈ ਸੀ ਪਰ ਸੰਤ ਸਿੰਘ ਦਾ ਟਾਂਗਾ ਹਾਲੀ ਵੀ ਕਿਧਰੇ ਦਿਖਾਈ ਨਹੀਂ ਦੇ ਰਿਹਾ ਸੀ ਲਾਰੀ ਵਾਲੀ ਨੇ ਦੱਸਿਆ ਕਿ ਉਹਨੇ ਹਾਲੇ ਕਾਂਟੇ ਨੂੰ ਚਲਣਾ ਹੈ ਮਤਾਬ ਨੇ ਸੋਚਿਆ ਕਾਫੀ ਵਕਤ ਹੈ ਰਤਾ ਅਗੇਰੇ ਹੋ ਕੇ ਵੱਡੀ ਸੜਕ ਤੱਕ ਵੇਖ ਆਵਾਂ ਅਗਲੀ ਸੜਕ ਤੇ ਜਾ ਕੇ ਦੂਰ ਮੋੜ ਕੋਲ ਉਹਨੂੰ ਪਹਿਲਾਂ ਇੱਕ ਜ਼ੋਰ ਦੇ ਤਮਾਕੇ ਦੀ ਆਵਾਜ਼ ਆਈ ਫੇਰ ਉੱਥੇ ਉਹਨੂੰ ਇੱਕ ਟਾਂਗਾ ਡਿੱਗਿਆ ਪਿਆ ਦਿਸਿਆ ਸੜਕ ਖਾਲੀ ਸੀ ਉਹ ਉਧਰ ਨੂੰ ਤੇਜ਼ ਤੇਜ਼ ਤੁਰ ਪਿਆ ਉਹਦਾ ਦਿਲ ਡਰ ਨਾਲ ਜੰਮ ਗਿਆ ਸੀ ਕੋਲ ਪੁੱਜ ਕੇ ਉਹਨੇ ਤੱਕਿਆ ਸੰਤ ਸਿੰਘ ਤੇ ਉਹਦੀ ਬੋਟੀ ਦੀਆਂ ਲਾਸ਼ਾਂ ਪੈੜੀ ਤਰ੍ਹਾਂ ਕੱਟੀਆਂ ਵੱਡੀਆਂ ਪਈਆਂ ਸਨ ਸੰਤ ਸਿੰਘ ਦੀਆਂ ਲੱਤਾਂ ਕੁਝ ਵਿਸਥ ਤੇ ਜਾ ਡਿੱਗੀਆਂ ਸਨ ਬਚਨੋ ਦੀ ਮਾਂ ਦੀ ਛਾਤੀ ਵਿੱਚ ਇੱਕ ਲੋਹੇ ਦਾ ਟੁਕੜਾ ਵੱਜਿਆ ਹੋਇਆ ਸੀ ਲਾਹੂ ਦੀ ਛਪੜੀ ਉਦੇ ਦੁਆਲੇ ਲੱਗੀ ਹੋਈ ਸੀ ਤੇ ਉਹਦੀਆਂ ਬਾਹਾਂ ਇੱਕ ਪਾਸੇ ਨੂੰ ਅੱਡੀਆਂ ਹੋਈਆਂ ਸਨ ਇਸ ਪਾਸੇ ਕੁਝ ਦੂਰ ਬਚਨੋਂ ਬੇਸੁੱਧ ਪਈ ਸੀ ਉਹਦੀਆਂ ਬਾਹਾਂ ਅਤੇ ਮੱਥੇ ਤੋਂ ਲਾਹੂ ਸਿਮ ਰਿਹਾ ਸੀ ਮਤਾਬ ਨੇ ਝਟਪਟ ਡੜਿਆ ਕੇ ਬਚਨੋਂ ਨੂੰ ਚੁੱਕ ਲਿਆ ਉਹਦਾ ਪਿੰਡਾ ਹਾਲੀ ਨਿੱਗਾ ਸੀ ਤੇ ਉਹਨੂੰ ਸਾਹ ਆ ਰਿਹਾ ਸੀ ਮਤਾਬ ਬੇਹੋਸ਼ ਬਚਨੋਂ ਨੂੰ ਲੈ ਕੇ ਤੇਜ਼ੀ ਨਾਲ ਅੱਡੇ ਵੱਲ ਤੁਰ ਪਿਆ ਮਾਂ ਪਿਓ ਮਹੱਤਰ ਬਚਨੋ ਉੱਤੇ ਮਤਾਬ ਦੇ ਅਥਰੂ ਫਰਨ ਫਰਨ ਡੋਲ ਰਹੇ ਸਨ ਇਹ ਪਹਿਲੀ ਵਾਰ ਆਪਣੇ ਦੇਸ਼ ਆਈ ਸੀ ਮਤਾਬ ਨੇ ਸੋਚਿਆ ਤੇ ਕਿਵੇਂ ਸੰਤ ਸਿੰਘ ਤੇ ਉਹ ਦੇਸ਼ ਆਉਣ ਦੀ ਤਾਂਗ ਵਿੱਚ ਇਕੱਠੇ ਰਿਕਸ਼ਾ ਚਲਾਉਂਦੇ ਰਹੇ ਸਨ ਕਿਵੇਂ ਸੰਤ ਸਿੰਘ ਦੇਸ਼ ਦੀ ਕੋਨੇ ਕਣਕ ਦੀ ਰੋਟੀ ਲਈ ਸਹਿਕਦਾ ਹੁੰਦਾ ਸੀ ਬਚਨੋ ਦੀ ਮਾਂ ਨੇ ਹਾਲ ਹੀ ਉਰੇਸ਼ਮੀ ਸੁੱਥਣ ਸਵੋਣੀ ਸੀ ਕੇਮੇ ਚਿਰਾਂ ਬਚੁੰਨੇ ਦੇਸ਼ ਦੀ ਹਰ ਸ਼ੈ ਬੜੇ ਚਾ ਨਾਲ ਉਹ ਆਪਣੀਆਂ ਅੱਖਾਂ ਵਿੱਚ ਰਚਾ ਲੈਣਾ ਚਾਹੁੰਦੇ ਸਨ ਹੁਣੇ ਉਹ ਦੁਮੇ ਜਿਉਂਦੇ ਸਨ ਜ਼ਿੰਦਗੀ ਦੀਆਂ ਨਿੱਕੀਆਂ ਵੱਡੀਆਂ ਆਸਾਂ ਨਾਲ ਧੜਕਦੇ ਤੇ ਹੁਣ ਸਿਰਫ ਬਚਨੋ ਇਸ ਸਭ ਕਾਸੇ ਦੀ ਕਬਰ ਤੇ ਇੱਕੋ ਇੱਕ ਜ਼ਿੰਦਗੀ ਦੀ ਚਿੰਗ ਬਾਕੀ ਰਹਿ ਗਈ ਸੀ ਉਹ ਇਹਨੂੰ ਕਦੇ 부ਜੜ ਨਹੀਂ ਦੇਗਾ ਕਦੇ ਵੀ ਨਹੀਂ ਬਚਨੋ ਮੈਂ ਮਤਾਬ ਤੈਨੂੰ ਮੈਂ ਪਾ ਲਉਂ اپنی ਤਾਜੋ ਵਾਂਗ ਤੁਸੀਂ ਪੱਕੀਆਂ ਸੇਲੀਆਂ ਨਹੀਂ ਪਹਿਣਾ ਬਣੋਗੀਆਂ ਮਤਾਬ ਉੱਚੀ ਉੱਚੀ ਬੇਹੋਸ਼ ਬਚਨوں ਨੂੰ ਸੁਣਾ ਰਿਹਾ ਸੀ ਸ਼ਾਇਦ ਬਚਨوں ਨੇ ਸੁਣ ਲਿਆ ਉਹਨੇ ਅੱਖਾਂ ਫੜਗੀਆਂ ਚਾਚਾ ਤੂੰ ਅਚਾਨਕ ਪਿੱਛੋਂ ਮਤਾਬ ਦੇ ਕਿਸੇ ਨੇ ਛੁਰਾ ਖੋਪ ਦਿੱਤਾ ਬੇਸੁਰਤ ਬਚਨوں ਉਹਦੀਆਂ ਬਾਹਾਂ ਵਿੱਚੋਂ ਡਿੱਗ ਪਈ ਇਸ ਛੋਟੇ ਸੱਪ ਦੇ ਬੱਚੇ ਨੂੰ ਵੀ ਚਟਕਾ ਛੱਡੋ ਮਤਾਬ ਦੇ ਮਰਦੇ ਕੰਨਾਂ ਨੇ ਸੁਣਿਆ ਤੇ ਫੇਰ ਇੱਕ ਬਲੜੀ ਚੀਖ ਮਤਾਬ ਨੇ ਅੰਤਾਂ ਦੀ ਪੀੜ ਝਰ ਕੇ ਵੀ ਬਚਨੋ ਵੱਲ ਆਪਣੀਆਂ ਬਾਹਾਂ ਬਣਾਉਣ ਦਾ ਯਤਨ ਕੀਤਾ ਪਰ ਇਹ ਉਹਦੀ ਬੇਤੋਂ ਵੱਧ ਸੀ ਬਚਨੋ ਤਾਜੋ ਤੇ ਉਹਦੀਆਂ ਬਾਹਾਂ ਉਸ ਪਾਸੇ ਵੱਲ ਡਿੱਗ ਪਈਆਂ ਕਰਫਿਊ ਦਾ ਸਾਇਰਨ ਚੀਕ ਰਿਹਾ ਸੀ ਉਸ ਪਿੰਡ ਦੇ ਕੁੱਤਿਆਂ ਦੇ ਰੋਣ ਬਾਗ ਜਿਹਦੇ ਉੱਤੇ ਮੌਤ ਆਉਣ ਵਾਲੀ ਹੋਵੇ ਸੜ ਕੁੱਤੇ ਗੋਰਾ ਫੌਜ ਦੇ ਸੁਹਾ ਹੋਰ ਕੋਈ ਨਹੀਂ ਸੀ どうぞ。